ਸਿੱਧੂ ਮੂਸਾ ਦੀ ਮਾਤਾ ਮਾਫੀ ਮੰਗਾਈ। ਅੱਛਾ ਸਿੱਧੂ ਮੂਸੇ ਵਾਲੇ ਦਾ ਫੈਨ ਹੈ। ਅੱਛਾ ਅੱਛਾ ਹਾਂ ਨਹੀਂ ਟਾਈਮ ਤਾਂ ਤੁਹਾਡੇ ਹੀ ਹੈ ਵੱਡੇ ਭਾਈ। ਨਹੀਂ ਨਹੀਂ ਚਲੋ ਦੱਸੋ, ਕੋਈ ਨੀ ਪੁੱਛੋ ਕੀ ਪੁੱਛਣਾ ਜੀ। ਦੋਸਤੋ ਸਿੱਧੂ ਮੂਸੇਵਾਲੇ ਦੇ ਇੱਕ ਅਨਰਿਲੀਜ਼ਡ ਗਾਣੇ ਤੋਂ ਸ਼ੁਰੂ ਹੋਇਆ ਵਿਵਾਦ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ, ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਮਾਜ ਸੇਵੀ ਲੱਖਾ ਸਿਧਾਣਾ ਅਤੇ ਕੁਝ ਸਿੱਖ ਜਥੇਬੰਦੀਆਂ ਸਿੱਧੂ ਮੂਸੇਵਾਲੇ ਦੇ ਪਿੰਡ ਉਹਨਾਂ ਦੇ ਘਰ ਦਾ ਘਿਰਾਓ ਕਰਨ ਗਈਆਂ ਸਨ, ਜਿਸ ਤੋਂ ਬਾਅਦ ਇਹ ਖਬਰ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਅਤੇ ਪਿਤਾ ਤੋਂ ਹੱਥ ਬਣਵਾਏ ਗਏ, ਉਹਨਾਂ ਤੋਂ ਮਾਫ਼ੀ ਮੰਗਵਾਈ ਗਈ। ਇਸੇ ਤਰ੍ਹਾਂ ਹੀ ਸਿੱਧੂ ਮੂਸੇਵਾਲੇ ਦੇ ਇੱਕ ਫੈਨ ਵੱਲੋਂ ਲੱਖਾ ਸਿਧਾਣਾ ਨੂੰ ਕੀਤੀ ਗਈ ਕਾਲ ਦੀ ਰਿਕਾਰਡਿੰਗ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹਨਾਂ ਨੇ ਹਰ ਇੱਕ ਸਵਾਲ ਦਾ ਜਵਾਬ ਲੱਖਾ ਸਿਧਾਣਾ ਤੋਂ ਲਿਆ। ਲੱਖਾ ਸਿਧਾਣਾ ਨੇ ਆਪਣੀਆਂ ਇਹਨਾਂ ਗੱਲਾਂ ਦਾ ਕੀ ਸਪਸ਼ਟੀਕਰਨ ਦਿੱਤਾ, ਇਹ ਦਿਖਾਉਣ ਦੇ ਲਈ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਕਾਲ ਰਿਕਾਰਡਿੰਗ ਵੱਲ। ਬਾਕੀ ਤੁਸੀਂ ਇਸ ਸਾਰੇ ਮਸਲੇ 'ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰਨੇ ਹਨ, ਅਤੇ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਵੀਡੀਓ ਅਖੀਰ ਤੱਕ ਜ਼ਰੂਰ ਦੇਖਣਾ, ਤਾਂ ਕਿ ਇਸ ਸਾਰੇ ਮਸਲੇ ਬਾਰੇ ਤੁਸੀਂ ਚੰਗੀ ਤਰ੍ਹਾਂ ਸਮਝ ਸਕੋ, ਅਤੇ ਨਾਲ ਹੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਅਤੇ ਲਾਈਕ ਕਰਨਾ ਨਾ ਭੁੱਲਣਾ, ਅਤੇ ਹਰ ਤੇਜ਼ ਖਬਰ ਦੇ ਲਈ ਤੁਹਾਡੇ ਹੀ ਆਪਣੇ ਚੈਨਲ ਅਨਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈੱਲ ਵੀ ਜ਼ਰੂਰ ਔਨ ਕਰ ਲੈਣਾ। ਹੈਲੋ, ਹਾਂਜੀ ਹਾਂਜੀ ਬੋਲੋ ਬਾਈ। ਹੁਣ ਚਾਰ ਸਵਾਲ ਪੁੱਛਣੇ ਸੀਗੇ। ਚਾਰ ਸਵਾਲ? ਹਾਂਜੀ। ਕਿੱਥੋਂ ਬੋਲਦੇ ਹੋ? ਅਸੀਂ ਰਾਜਪੁਰੇ ਤੋਂ ਬੋਲ ਰਹੇ ਹਾਂ। ਰਾਜਪੁਰੇ ਤੋਂ ਪਹਿਲਾ ਸਵਾਲ ਹੈ ਸਿੱਧੂ ਮੂਸੇ ਦੀ ਮਾਤਾ ਦੀ ਮਾਫ਼ੀ ਮੰਗਾਈ ਜੀ। ਅੱਛਾ, ਤੁਹਾਨੂੰ ਗਾਣੇ ਦੀ ਕੀ ਗਲਤ ਲੱਗਿਆ? ਅੱਛਾ, ਬਾਦਲਾਂ ਨੇ ਤੀਜਾ ਸਵਾਲ ਹੈ ਜਿਹੜਾ ਬਾਦਲ ਪਰਿਵਾਰ ਨੇ ਜੀ ਬੇਅਦਬੀ ਕਰਵਾਈ ਆ, ਉਹਦੇ ਬਾਰੇ ਤੁਸੀਂ ਬੋਲੇ। ਅੱਛਾ, ਹੈਲੋ, ਦੱਸੋ ਜੀ। ਅੱਛਾ ਅੱਛਾ, ਪਹਿਲੀ ਗੱਲ ਤਾਂ ਤੇਰੀ, ਤੂੰ ਇਹ ਸਵਾਲ ਪੁੱਛਦਾ ਕਿ ਸਿੱਧੂ ਮੂਸੇ ਵਾਲੇ ਦੀ ਮਾਤਾ ਤੋਂ ਮਾਫ਼ੀ ਮੰਗਾਈ? ਮਾਫ਼ੀ ਮੰਗਾਈ ਜੀ। ਹਾਂ ਭਰਾ, ਛੋਟਾ ਹੈ, ਪਤਾ ਨੀ ਉਮਰ ਚ ਵੱਡਾ ਹੈ, ਤੇ ਗੱਲ ਇਹ ਹੈ ਵੀਰ ਕਿ ਪਹਿਲੀ ਗੱਲ ਤਾਂ ਇਹ, ਅਸੀਂ ਕੋਈ ਮਾਫ਼ੀ ਨੀ ਮੰਗਾਈ। ਜਿਹੋ ਜੀ ਸਿੱਧੂ ਮੂਸੇ ਵਾਲੇ ਦੀ ਮਾਂ ਹੋਏ ਜੀ ਮੇਰੀ ਮਾਂ, ਠੀਕ ਹੈ ਨਾ। ਸਾਨੂੰ ਜਦੋਂ ਪਤਾ ਲੱਗਿਆ ਕਿਸ ਤਰ੍ਹਾਂ ਦਾ ਗੀਤ ਆਇਆ, ਮੈਨੂੰ ਕਿਸ ਸਿੱਖ ਜਥੇਬੰਦੀਆਂ ਦਾ ਫੋਨ ਆਇਆ, ਅਸੀਂ ਚਲੇ ਗਏ ਹਾਂ ਮੂਸੇ ਪਿੰਡ। ਮੂਸੇ ਪਿੰਡ ਜਾ ਕੇ ਅਸੀਂ ਉਦੋਂ ਬਾਅਦ ਉੱਥੇ ਜਾ ਕੇ ਉੱਥੇ DSP ਸਾਨੂੰ ਮਿਲਿਆ, ਪੁਲਿਸ ਲੱਗੀ ਖੜੀ ਸੀ। ਅਸੀਂ ਉਹਨਾਂ ਨੂੰ ਪੁੱਛਿਆ ਵੀ ਐਂ ਕਰਕੇ ਇਹ ਸਿੱਧੂ ਨੂੰ ਮਿਲਣਾ, ਸੁਣਿਆ ਵੀ ਘਰੇ ਆ, ਉਹ ਕਹਿੰਦਾ ਵੀ ਉਹ ਤਾਂ ਹੈ ਨਹੀਂ। ਮੈਂ ਪੁੱਛਿਆ, ਮੈਂ ਜਿੰਦਾ ਲੱਗਿਆ ਕਹਿੰਦੇ ਜਿੰਦਾ ਨਹੀਂ ਲੱਗਿਆ, ਸਿੱਧੂ ਦੀ ਮਾਤਾ ਘਰੇ ਆ। ਮੈਂ ਕਿਹਾ ਯਾਰ ਮਾਤਾ ਨੂੰ ਮਿਲਾ ਦਿਓ, ਦੋ ਮਿੰਟ ਤੇ ਗੱਲ ਹੀ ਕਰਨੀ। ਚਲੋ ਕਹਿੰਦੇ ਅੰਦਰ ਗਿਆ ਉਹਨਾਂ ਦਾ ਇੱਕ ਪੁਲਿਸ ਮੁਲਾਜ਼ਮ, ਉਹ ਕਹਿੰਦੇ ਵੀ ਮਾਤਾ ਮਿਲਣਾ ਨਹੀਂ ਚਾਹੁੰਦੀ। ਮੈਂ ਚਲੋ ਠੀਕ ਆ ਜੀ, ਨਹੀਂ ਮਿਲਣਾ ਚਾਹੁੰਦੇ, ਅਸੀਂ ਵਾਪਸ ਆ ਗਏ ਹਾਂ। ਠੀਕ ਹੈ ਜੀ, ਠੀਕ ਆ। ਇੱਕ ਗੱਲ ਤਾਂ ਵੀਰ, ਜਦੋਂ ਅਸੀਂ ਉਸਨੂੰ ਮਿਲੇ ਨਹੀਂ ਤੇ ਅਸੀਂ ਮਾਫ਼ੀ ਕਿਤੋਂ ਮੰਗਾ ਲਈ? ਜਾਂ ਅਸੀਂ ਕਦੇ ਕਿਹਾ ਹੋਵੇ ਵੀ ਸਿੱਧੂ ਮੂਸੇਵਾਲੇ ਦੀ ਮਾਤਾ ਮਾਫ਼ੀ ਮੰਗੇ, ਹੈ ਨਾ, ਇਹ ਸਾਡਾ ਸ਼ਬਦ ਕੁਛ ਸੁਣਿਆ ਤੁਸੀਂ? ਠੀਕ ਆ ਨਾ, ਅਗਲੀ ਗੱਲ ਆ ਜਾਂਦੀ। ਤੁਸੀਂ ਮੇਰੀ ਮਾਤਾ ਤੋਂ ਮਾਫ਼ੀ ਮੰਗਾਈ? ਕੌਣ ਕਹਿੰਦਾ? ਸਿੱਧੂ ਮੂਸੇਵਾਲਾ ਕਹਿ ਰਿਹਾ ਸੀ ਕੱਲ ਆਏ ਕਿ ਤੁਸੀਂ ਮੇਰੀ ਮਾਤਾ ਤੋਂ ਮਾਫ਼ੀ ਮੰਗਾਈ। ਮੈਂ ਤਾਂ ਨੀ ਵੀਰੇ ਸੁਣਿਆ ਵੀ ਮਾਤਾ ਤੋਂ ਮਾਫ਼ੀ ਮੰਗਾਈ। ਮੈਂ ਤਾਂ ਇਹ ਗੱਲ ਤੁਹਾਨੂੰ ਕਹਿਣਾ ਕਿ ਅਸੀਂ ਕਿਤੇ ਮਿਲੇ ਨਹੀਂ ਹੈਗੇ, ਜਦੋਂ ਸਿੱਧੂ ਦੀ ਮਾਤਾ ਨੂੰ ਮਿਲੇ ਨਹੀਂ ਹੈਗੇ, ਅਸੀਂ ਮਾਫ਼ੀ ਕਿਹੜੇ ਸਮਝ ਮੰਗਾ ਲਈ? ਅਸੀਂ ਕਦੇ ਬੋਲੇ ਨਹੀਂ ਹੈਗਾ ਵੀ ਸਿੱਧੂ ਦੀ ਮਾਤਾ ਮਾਫ਼ੀ ਮੰਗੇ। ਅਸੀਂ ਕੌਣ ਹੁੰਦੇ ਹਾਂ ਮਾਫ਼ੀ ਮੰਗਾਉਣ ਵਾਲੇ? ਜੇ ਸਿੱਧੂ ਨੇ ਕੋਈ ਗਲਤੀ ਕੀਤੀ ਹੈ, ਮਾਈ ਭਾਗੋ ਬਾਰੇ ਕੋਈ ਗਲਤ ਟਿੱਪਣੀ ਕੀਤੀ ਹੈ, ਕੋਈ ਬਿਆਨ ਕੀਤਾ, ਤੂੰ ਕੋਈ ਗਾਇਆ, ਤਾਂ ਸਿੱਖਾਂ ਦਾ ਕਹਿੰਦੇ ਹੁੰਦੇ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਤਾਂ ਸਭ ਤੋਂ ਮਹਾਨ ਸਾਡਾ ਅਕਾਲ ਤਖ਼ਤ ਆ। ਉੱਥੇ ਜਾ ਕੇ ਜੇ ਕੋਈ ਬੰਦੇ ਵੱਡੇ ਵੱਡੇ ਇੱਥੇ ਗਲਤੀਆਂ ਕਰਕੇ ਉੱਥੇ ਬਖਸ਼ਾਉਂਦੇ ਨੇ, ਤਾਂ ਸਿੱਧੂ ਤਾਂ ਹੋਈ ਹੁੰਦੀ ਉੱਥੇ ਜਾ ਕੇ ਬਖਸ਼ਾ ਲੈਂਦਾ ਹੀ, ਆਫ਼ ਹੀ ਕੌਣ ਆ? ਅਸੀਂ ਤਾਂ ਸਿਰਫ ਸਿੱਖ ਜਥੇਬੰਦੀਆਂ ਦੇ ਕਹਿਣ ਦੇ ਉੱਤੇ ਜਦੋਂ ਆ ਗੱਲ ਹੋਈ, ਮੈਨੂੰ ਵੀ ਲੱਗਿਆ ਮੈਂ ਯਾਰ ਐ ਤਾਂ ਇਸ ਤਰ੍ਹਾਂ ਤਾਂ ਵੀਰ ਗੱਲ ਸੁਣੋ, ਜੇ ਅਸੀਂ ਆਹ ਗੱਲਾਂ ਚੱਲਦੀਆਂ ਰਹੀਆਂ, ਆਪਾਂ ਹੁਣ ਦੇਖਦੇ ਹਾਂ ਕਦੇ ਕਦੇ ਗੁਰੂ ਗੋਬਿੰਦ ਸਿੰਘ ਦਾ ਕੋਈ ਫੋਟੋ ਕਿਸੇ ਸ਼ਰਾਬ ਦੀ ਬੋਤਲ 'ਤੇ ਆ ਜਾਂਦੀ ਹੈ, ਕਦੇ ਗੁਰਦੁਆਰੇ ਦਾ ਆਪਣਾ ਅਕਾਲ ਤਖ਼ਤ ਦਾ ਕੋਈ ਫੋਟੋ ਕਿਸੇ ਇਹੋ ਜਿਹੇ ਮਤਲਬ ਕਿ ਗਲਤ ਥਾਂ ਦੇ ਉੱਤੇ ਲਾ ਦਿੱਤੀ ਜਾਂਦੀ ਹੈ। ਇਹ ਰੋਜ਼ ਇਹ ਕਿਉਂ ਹੋ ਰਿਹਾ? ਇਹ ਆਪਣੇ ਨਾਲ ਹੀ ਕਿਉਂ ਹੋ ਰਿਹਾ? ਇਹ ਸਿੱਖਾਂ ਨਾਲ ਹੀ ਕਿਉਂ ਹੋ ਰਿਹਾ? ਇਹ ਕੋਈ ਤਮਾਸ਼ਾ ਥੋੜ੍ਹੀ ਹੈ ਵੀਰ। ਮਾਈ ਭਾਗੋ ਦੀ ਗੱਲ ਕਰਦੇ ਹਾਂ, ਮਾਈ ਭਾਗੋ ਜਾਂ ਕੋਈ ਜਿੰਨੇ ਵੀ ਸਾਡੇ ਕੌਮ ਦੇ ਜਿਹੜੇ ਯੋਧੇ ਨੇ, ਸ਼ਹੀਦ ਨੇ, ਜਿਨ੍ਹਾਂ ਨੇ ਕੌਮ ਖਾਤਰ ਕੁਰਬਾਨੀਆਂ ਕੀਤੀਆਂ, ਜਾਨਾਂ ਦਿੱਤੀਆਂ, ਸਰਮਾਇਆ ਹੁੰਦੇ ਨੇ ਕੌਮ ਦਾ ਸ਼ਹੀਦ, ਅਤੇ ਉਹਨਾਂ ਤੋਂ ਪ੍ਰੇਰਨਾ ਲੈਣੀ ਹੁੰਦੀ ਆ, ਆਉਣ ਵਾਲੀਆਂ ਪੀੜ੍ਹੀਆਂ ਨੇ, ਨਸਲਾਂ ਨੇ ਸਿੱਖਣਾ ਹੁੰਦਾ ਕਿ ਕਿਹੜੇ ਯੋਧੇ ਸਾਡੇ ਕਿੰਨਾ ਕਾਰਨਾ ਕਰਕੇ ਜ਼ੁਲਮ ਦੇ ਖਿਲਾਫ਼ ਲੜਦੇ, ਕੁਰਬਾਨੀਆਂ ਕਰਕੇ ਗਏ। ਹੁਣ ਜੇ ਤੁਸੀਂ ਉਹਨੂੰ ਕੰਪੇਅਰ ਕਰੋਗੇ, ਤੁਲਨਾ ਕਰੋਗੇ ਕਾਮ ਕੁੜੀਆਂ ਦੇ ਨਾਲ, ਤੁਸੀਂ ਦੂਜਾ ਸਵਾਲ ਕੀਤਾ ਸੀਗਾ ਗੀਤ 'ਚ ਕੀ ਮਾੜਾ ਲੱਗਿਆ, ਹੁਣ ਮੈਂ ਤੁਹਾਨੂੰ ਦੱਸਦਾ ਗੀਤ 'ਚ ਕੀ ਮਾੜਾ ਲੱਗਿਆ।
ਮੈਨੂੰ ਵੀ ਕਈ ਸੱਜਣਾਂ ਦੇ ਫੋਨ ਆਏ ਬਾਹਰੋਂ ਵੀ ਇੱਥੋਂ ਵੀ ਬਾਈ ਯਾਰ ਤੂੰ ਤੈਨੂੰ ਗੀਤ 'ਚ ਉਹਦਾ ਉਹਦਾ ਤਸੀਰ ਦੀ ਗੱਲ ਕਰ ਰਿਹਾ ਮਾਈ ਭਾਗ ਵਰਗੀ ਤਸੀਰ ਆ ਮੈਂ ਕਿਹਾ ਇਕੱਲੇ ਪੈਰੇ ਦੀ ਗੱਲ ਨਾ ਕਰੋ ਪੂਰਾ ਗਾਣਾ ਸੁਣੋ ਰੋਮੈਂਟਿਕ ਖਿਆਲ ਪਾਲਣ ਦੀ ਗੱਲ ਕਰ ਰਿਹਾ ਗਾਣਾ ਪਰੀਆਂ ਵਰਗੇ ਮੁੱਖ ਤੋਂ ਭੁਲੇਖੇ ਪੈਂਦੇ ਨੇ ਜੱਟੀ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦੀ ਹੈ ਫਿਰ ਉਹ ਜਿਹੜੀ ਫਿਲਮ ਦੀ ਐਕਟਰ ਨਾ ਐਕਟਰ ਨਹੀਂ ਹੈ ਜਿਹੜੀ ਉਹ ਉਹ ਜਦੋਂ ਫਿਲਮ ਦੇ ਵਿੱਚ ਉਹ ਗੀਤ ਫਰਮਾਇਆ ਜਾਊਗਾ ਕੀ ਉਹ ਮਾਈ ਭਾਗੋ ਦੇ ਰੂਪ 'ਚ ਹੋਊਗੀ ਉਹ ਅੱਧ ਨਗਨ ਹੋਊਗੀ ਉਹ ਆਸ਼ਕੀ ਕਰਦੀ ਦਿਖਾਈ ਜਾਊਗੀ ਮਾਈ ਭਾਗੋ ਵਾਂਗੂ ਉਹ ਉੱਥੇ ਗੁਰੂ ਗੋਬਿੰਦ ਸਿੰਘ ਨਾਲ ਜਾ ਕੇ ਖਦਰਾਣੀ ਢਾਬ ਦੇ 'ਚ ਲੜਦੀ ਜੰਗ ਕਰਦੀ ਦਿਖਾਈ ਜਾਊਗੀ ਕੁੜੀ ਦਾ ਫਿਲਮ 'ਚ ਕਿਰਦਾਰ ਕੀ ਆ ਇਹ ਦੇਖੋ ਇਕੱਲੇ ਗੀਤ ਨੂੰ ਨਾ ਦੇਖੋ ਠੀਕ ਆ ਨਾ ਤੀਜਾ ਸਵਾਲ ਹੁਣ ਤੂੰ ਤੀਜਾ ਕੀ ਪਤਾ ਨੀ ਕੀ ਮੇਰੇ ਕੀ ਪੁੱਛਿਆ ਤੀਜਾ ਬਾਦਲਾਂ ਬਾਰੇ ਹਾਂ ਅਏ ਮੈਨੂੰ ਹੋਰ ਵੀ ਸੱਜਣਾ ਦੇ ਫੋਨ ਆਏ ਕਹਿੰਦੇ ਬਾਈ ਤੂੰ ਸਿੱਧੂ ਮੂਸੇਵਾਲੇ ਦੇ ਪਿੰਡ ਵਗ ਗਿਆ ਹੁਣ ਤੂੰ ਸਵਾਲ ਕਰ ਲਿਆ ਤੂੰ ਬਾਈ ਗੁਰਦਾਸ ਮਾਨ ਨੇ ਆ ਗੁਰਦਾਸ ਮਾਨ ਨੇ ਵੀ ਚਵਲੀ ਖੰਡਾਈ ਆ ਕੀ ਕੀਤਾ ਜਿਹੜੇ ਕਹਿੰਦੇ ਰਹੇ ਸਾਰੀ ਉਮਰ ਕਿ ਮਾਨ ਪੰਜਾਬ ਦਾ ਮਾਂ ਬੋਲੀ ਦਾ ਮਾਨ ਹੈ ਉਹ ਦੇਖੋ ਕੈਨੇਡਾ ਦੇ ਵਿੱਚ ਕੀ ਕਹੀ ਜਾਂਦਾ ਲੋਕਾਂ ਨੂੰ ਕਹੋ ਬੱਤੀਆਂ ਲੈ ਕੇ ਮਗਰ ਲੈ ਲਓ ਅਤੇ ਉਹ ਉਹ ਉਹੋ ਜਿਹੇ ਲੋਕ ਸਾਡੇ ਜਿਹੜੇ ਮੂਹਰੇ ਬੈਠੇ ਤਾੜੀਆਂ ਮਾਰੀ ਜਾਂਦੇ ਨੇ 6 ਮਹੀਨੇ ਬਰਗਾੜੀ ਮੋਰਚਾ ਲੱਗਿਆ ਲਗਾਤਾਰ ਜਾਂਦੇ ਰਹੇ ਹਾਂ ਬੇਅਦਬੀ ਦੇ ਖਿਲਾਫ ਬਾਦਲਾਂ ਦਾ ਘਰ ਘੇਰਿਆ ਜਾ ਕੇ 307 ਦਾ ਪਰਚਾ ਹਲੇ ਵੀ ਮੇਰੀ ਹਾਈ ਕੋਰਟ ਤੋਂ ਜ਼ਮਾਨਤ ਨਹੀਂ ਹੋਈ ਰਿਜੈਕਟ ਹੋ ਗਈ ਅਤੇ ਮੈਨੂੰ ਜੇਲ੍ਹ ਜਾਣਾ ਪਊਗਾ ਕਹਿੰਦਾ ਕੁਛ ਕੀਤਾ ਨਹੀਂ ਸੀ ਗਏ ਨਹੀਂ ਕਿਤੇ ਠੀਕ ਆ ਤੁਸੀਂ ਕਹਿੰਦੇ ਕੁਛ ਨਹੀਂ ਕਰ ਰਹੇ ਗੱਲ ਸੁਣ ਲਾ ਵੀਰ ਗੱਲ ਸੁਣ ਲਾ ਹੋਰ ਮਸਲਿਆਂ ਦੇ ਮੈਨੂੰ ਕਈਆਂ ਦੇ ਫੋਨ ਆਏ ਤੂੰ ਕੁਛ ਕਰਦਾ ਨਹੀਂ ਮੈਂ ਕਿਹਾ 18 ਪਰਚੇ ਮੇਰੇ 'ਤੇ ਪੰਜਾਬੀ ਮਾਂ ਬੋਲੀ ਵਾਲੇ ਆ ਮੈਂ 4 ਵਾਰੀ ਜੇਲ੍ਹ ਜਾਇਆ ਪਾਣੀ ਵਾਲੇ ਮਸਲੇ 'ਤੇ ਮੇਰੇ 'ਤੇ ਪਰਚਾ ਹੋਇਆ ਡਾਕਟਰ ਮੇਰੇ 'ਤੇ 3 ਪਰਚੇ ਕਰਾਈ ਬੈਠੇ ਆ ਮੇਰੇ ਤਾਂ 25 ਪਰਚੇ ਹੋਏ ਪੈਸੇ ਮਸਲੇ 'ਚ ਤੁਸੀਂ ਕਹਿੰਦੇ ਕੁਛ ਕਰਦਾ ਨਹੀਂ ਜਾਂ ਤੂੰ ਉੱਥੇ ਨਹੀਂ ਜਾਂਦਾ ਤੂੰ ਉੱਥੇ ਨਹੀਂ ਜਾਂਦਾ ਇੱਕ ਦੂਜੀ ਗੱਲ ਹੋਰ ਸੁਣ ਲਓ ਭਰਾ ਕਈ ਵਾਰੀ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਹੁੰਦੀ ਆ ਕਿ ਦੇਖੋ ਜੀ ਆਪਾਂ ਇਸ ਗੱਲ ਨੂੰ ਫੜ ਲੈਂਦੇ ਹਾਂ ਦੇਖੋ ਜੀ ਬਾਦਲਾਂ ਨੇ ਬੇਅਦਬੀ ਕਰਾਤੀ ਤੁਸੀਂ ਉਹਨਾਂ ਦਾ ਕੀ ਕਰ ਲਿਆ ਫਲਾਣੇ ਨੇ ਐਂ ਕਰਤਾ ਤੁਸੀਂ ਉਹਨਾਂ ਦਾ ਹੀ ਕਰ ਲਿਆ ਔਰੰਗਜ਼ੇਬ ਨੇ ਐਂ ਕਰਤਾ ਤੁਸੀਂ ਉਹਨਾਂ ਦਾ ਹੀ ਕਰ ਲਿਆ ਇੰਦਰਾ ਨੇ ਆਹ ਕਰਤਾ ਉਹਦਾ ਹੀ ਕਰ ਲਿਆ ਦੇਖੋ ਇੱਕ ਜਦੋਂ ਤੁਸੀਂ ਇੱਕ ਗਲਤ ਗੱਲ ਨੂੰ ਗਲਤ ਨਾਲ ਕੰਪੇਅਰ ਕਰੋਗੇ ਅਤੇ ਉਸ ਗੱਲ ਨੂੰ ਇਗਨੋਰ ਮਾਰੋਗੇ ਵੀ ਛੱਡ ਯਾਰ ਇਹ ਕੀ ਹੈ ਉਹ ਫਲਾਣੇ ਦਾ ਵੀ ਐਂ ਕਰਤਾ ਵੀ ਇਹਦਾ ਫਿਰ ਵਧੀ ਜਾਊ ਕੰਮ ਅੱਜ ਗੱਲ ਮਾਈ ਭਾਗੋ ਦੀ ਹੋਈ ਹੈ ਕੱਲ੍ਹ ਨੂੰ ਮਾਈ ਮਾਤਾ ਗੁਜਰੀ ਦੀ ਹੋਣੀ ਹੈ ਫਿਰ ਬੇਬੇ ਨਾਨਕੀ ਦੀ ਗੱਲ ਹੋਣੀ ਹੈ ਫਿਰ ਗੁਰੂ ਨਾਨਕ ਦੇਵ ਦੀ ਗੱਲ ਹੋਣੀ ਫਿਰ ਗੁਰੂ ਗੋਬਿੰਦ ਸਿੰਘ ਦੀ ਗੱਲ ਹੋਣੀ ਹੈ ਇਹ ਚੱਲੀ ਜਾਣਾ ਕੰਮ ਫਿਰ ਵੀ ਲੋਕ ਤਾਂ ਤੁਹਾਨੂੰ ਵੀ ਵੀਡੀਓ ਪਾਈ ਜਾਂਦੇ ਤੁਹਾਡੇ ਵਿਰੁੱਧ ਲੋਕ ਪਤਾ ਕੀ ਹੈ ਇਹ ਆ ਸਵਾਦ ਲੈਣ ਵਾਲੇ ਲੋਕ ਫੇਸਬੁੱਕ 'ਤੇ ਬੈਠੇ ਆ ਸਵਾਦ ਲਿਆ ਹੈ ਨਾ ਇਹ ਇਹ ਲੋਕਾਂ ਦਾ ਤਾਂ ਇਹ ਸਿਰੇ ਹੀ ਪਿਆ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਮੈਂ ਇਹ ਮੇਰੀ ਗੱਲ ਸੁਣ ਧਿਆਨ ਨਾ ਭਰਾ ਮੈਨੂੰ ਨਹੀਂ ਪਤਾ ਤੂੰ ਸਿੱਧੂ ਦਾ ਫੈਨ ਆ ਕੌਣ ਆ ਕੀ ਆ ਇਹ ਕੀ ਹੁੰਦਾ ਭਰਾ ਮੇਰਿਆ ਕਦੇ ਵੀ ਅੰਨੇ ਭਗਤ ਨਾ ਬਣੋ ਕਿਸੇ ਬੰਦੇ ਦੇ ਕੋਈ ਗਾਉਣ ਵਾਲਾ ਹੈ ਕੋਈ ਫਿਲਮਾਂ ਵਾਲਾ ਹੈ ਕੋਈ ਨੇਤਾ ਹੈ ਅੰਨੇ ਭਗਤ ਨਹੀਂ ਬਣੀਦਾ ਜਦੋਂ ਅਸੀਂ ਅੰਨੇ ਭਗਤ ਬਣਦੇ ਹਾਂ ਨਾ ਤਾਂ ਪਰ ਸਾਨੂੰ ਉਹਦੀਆਂ ਕਹੀਆਂ ਹੋਈਆਂ ਗਲਤ ਗੱਲਾਂ ਵੀ ਸਹੀ ਜਾਪਦੀਆਂ ਨੇ ਮੈਂ ਕਹਿੰਦਾ ਮੈਂ ਆ ਮੈਂ ਕੋਈ ਖੁਦਾ ਨਹੀਂ ਹੈਗਾ ਕੱਲ ਨੂੰ ਡਰਿਆਲ ਵੀ ਕਹਿ ਰਿਹਾ ਬਈ ਉਹ ਗ੍ਰੰਥ ਬਾਰੇ ਮੈਂ ਪਹਿਲਾਂ ਮੇਰਾ ਜਵਾਬ ਲੈ ਲਾ ਉਹ ਵੀ ਤੁਹਾਨੂੰ ਦੱਸ ਫਿਰ ਅਸੀਂ ਅੰਨੇ ਭਗਤ ਬਣਦੇ ਹਾਂ ਨਾ ਅੰਨੇ ਭਗਤ ਦਾ ਕੰਮ ਹੁੰਦਾ ਮੰਨ ਲਾ ਕੱਲ੍ਹ ਮੇਰੇ ਵੀ ਬਥੇਰੇ ਹੋਣਗੇ ਜੇ ਕੱਲ੍ਹ ਨੂੰ ਮੈਂ ਕਿਸੇ ਦੀ ਕੁੜੀ ਦੀ ਬਾਂਹ ਫੜ ਕੇ ਕਹੂੰਗਾ ਮੇਰੇ ਅੰਨੇ ਭਗਤਾਂ ਨੇ ਇਹ ਨਹੀਂ ਕਹਿਣਾ ਵੀ ਲੱਖਾ ਗਲਤ ਨਹੀਂ ਨਹੀਂ ਲੱਖਾ ਸਹੀ ਇਹ ਕਦੇ ਵੀ ਨਾ ਕਰੋ ਮੈਂ ਹਮੇਸ਼ਾ ਬੋਲਿਆ ਹਰ ਸਟੇਜ 'ਤੇ ਬੋਲਿਆ ਮੈਂ ਕਿਹਾ ਫੈਨ ਨਹੀਂ ਬਣੀਦਾ ਅੰਨੇ ਭਗਤ ਨਹੀਂ ਬਣੀਦਾ ਪੈਰੋਕਾਰ ਬਣੀਦਾ ਬੰਦੇ ਦੀ ਸੋਚ ਦੇਖੀ ਦੀ ਹੈ ਬੰਦੇ ਦੀ ਗੱਲ 'ਚ ਵਜਨ ਦੇਖੀ ਦਾ ਗੁਰਦਾਸ ਮਾਨ ਨੂੰ ਵੀ ਸਿਰ ਚੜਾਇਆ ਹੋਇਆ ਸੀ ਨਾ ਅੰਨੇ ਫੈਨ ਬਣ ਕੇ ਆਹ ਦੇਖ ਲਓ ਅਤੇ ਗੁਰਦਾਸ ਮਾਨ ਦਾ ਕਿਰਦਾਰ ਤੁਹਾਨੂੰ ਪਹਿਲਾਂ ਵੀ ਦੱਸ ਦੇਣਾ KPS ਗਿੱਲ ਦਾ ਕਟੜ ਯਾਰ ਰਿਹਾ ਹੈ ਜਿਹਨੇ ਹਜ਼ਾਰਾਂ ਮੁੰਡਾ ਪੰਜਾਬ ਦਾ ਬੇਕਸੂਰ ਮਾਰਿਆ ਉਹ ਗੁਰਦਾਸ ਮਾਨ ਹੈ ਜਿਹਨੂੰ ਸਾਡੇ ਲੋਕਾਂ ਨੇ ਚੱਕਿਆ ਹੋਇਆ ਸੀ ਇਹ ਮਾਨ ਹੈ ਜੀ ਇਹ ਮਾਨ ਹੈ ਇਹ ਇਹ ਲੋਕ ਜਦੋਂ ਸਿਰ ਚੜ੍ਹਦੇ ਆ ਨਾ ਅਤੇ ਫਿਰ ਤੰਗ ਕਰਦੇ ਨੇ ਕੋਈ ਵੀ ਆ ਚਾਹੇ ਮੈਂ ਆ ਕੋਈ ਵੀ ਬੰਦਾ ਕਦੇ ਵੀ ਕਿਸੇ ਬੰਦੇ ਦੇ ਇੰਨੇ ਲਾਈ ਲੱਗ ਬਣ ਕੇ ਇੰਨੇ ਕਮਲੇ ਹੋ ਕੇ ਅੰਨੇ ਹੋ ਕੇ ਮਗਰ ਨਾ ਲੱਗੋ ਕਿ ਸਾਨੂੰ ਉਹਦੀ ਗਲਤੀ ਦਿਖੀ ਨਾ ਸਾਨੂੰ ਰੱਬ ਹੀ ਲੱਗਣ ਲੱਗ ਜੇ ਕਿ ਹਾਂ ਯਾਰ ਇਹ ਤਾਂ ਰੱਬ ਹੈ ਤਾਂ ਮਹਾਨ ਹੈ ਨਹੀਂ ਕੋਈ ਬੰਦਾ ਮਹਾਨ ਨਹੀਂ ਇੱਥੇ ਹਰ ਬੰਦਾ ਗਲਤੀਆਂ ਕਰਦਾ ਹੁਣ ਇਹ ਸਵਾਲ ਮੇਰੇ 'ਤੇ ਵੀ ਖੜਾ ਹੋ ਜਾਣਾ ਵੀ ਤੂੰ ਗੈਂਗਸਟਰ ਸੀ ਤੂੰ ਤੂੰ ਵੀ ਗਲਤੀਆਂ ਕੀਤੀਆਂ ਮੈਂ ਕਦੇ ਮੰਨਿਆ ਵੀਰ ਬਹੁਤ ਵਾਰੀ ਮੰਨਿਆ ਵੀ ਹਾਂ ਮੈਂ ਬੱਜਰ ਗਲਤੀਆਂ ਕੀਤੀਆਂ ਕਤਲ ਹੋਏ ਲੜਾਈਆਂ ਹੋਈਆਂ ਪੁਲਿਸ ਦੀਆਂ ਕੁੱਟਾਂ ਕਟਾਪੇ ਜੇਲ੍ਹ ਬਹੁਤ ਕੁਛ ਹੋਇਆ ਠੀਕ ਹੈ ਮੈਂ ਜ਼ਿੰਦਗੀ ਸੁਧਾਰ ਕੇ ਮੈਂ ਕੁਛ ਕਰਨਾ ਚਾਹੁੰਦਾ ਤਾਂ ਮੈਂ ਇੱਕ ਵਾਰੀ ਨਹੀਂ ਮੈਂ ਹਜ਼ਾਰਾਂ ਵਾਰੀ ਲੋਕਾਂ ਤੋਂ ਸਟੇਜਾਂ 'ਤੇ ਮਾਫੀਆਂ ਮੰਗੀਆਂ ਹੋਈਆਂ ਵੀ ਨਹੀਂ ਯਾਰ ਮੇਰੇ ਤੋਂ ਜੋ ਹੋਇਆ ਗਲਤ ਹੋਇਆ ਉਹਦੀ ਮੈਂ ਸਜ਼ਾ ਵੀ ਭੁਗਤੀ ਮੈਂ ਕਈ ਸਾਲ ਜੇਲ੍ਹਾਂ 'ਚ ਵੀ ਰਿਹਾ ਕਦੇ ਵੀ ਨਹੀਂ ਕਿਹਾ ਮੈਂ ਦੁੱਧ ਧੋਤਾਂ ਅਤੇ ਮੈਂ ਬਹੁਤ ਸਾਫ਼ ਹਾਂ ਮੈਂ ਤਾਂ ਕਦੇ ਕਿਹਾ ਨਹੀਂ ਆਪਣੇ ਬਾਰੇ ਮੈਂ ਬੜਾ ਚੰਗਾ ਜਾਂ ਮੈਨੂੰ ਦੱਸਦੇ ਮੈਂ ਕਦੇ ਬੋਲਿਆ ਹੋਇਆ ਮੈਂ ਬਹੁਤ ਚੰਗਾ ਅਗਲੀ ਗੱਲ ਤੂੰ ਜਿਹੜੀ ਕੀਤੀ ਸੀਗੀ ਆਹ ਵੀ ਢੱਡਰੀਆਂ ਵਾਲੇ ਦਾ ਅੱਛਾ ਅੱਛਾ ਕਵੀ ਸੰਤੋਖ ਸਿੰਘ ਦੀ ਗ੍ਰੰਥ ਦੀ ਗੱਲ ਕਰਦੇ ਹੋ ਸੂਰਜ ਪ੍ਰਕਾਸ਼ ਗ੍ਰੰਥ ਦੀ ਜਿਹੜੀ ਢੱਡਰੀਆਂ ਵਾਲੇ ਨੇ ਅੱਜ ਬੋਲਿਆ ਇਹਦੇ ਬਾਰੇ ਥੋੜ੍ਹਾ ਜਿਹਾ ਮੇਰੇ ਕਿੰਨਾ ਪੜ੍ਹਿਆ ਲਿਖਿਆ ਕਿੰਨਾ ਕਹਿ ਪੜ੍ਹਿਆ ਲਿਖਿਆ ਹੈਗਾ ਬਈ ਸਮਝੇ ਹੈ ਗੱਲ ਨੂੰ ਹਾਂ ਹਾਂ ਜੀ ਹਾਂ ਸਮਝਣੀ ਬੜੀ ਜ਼ਰੂਰੀ ਹੈ ਇਹ ਸਾਡੇ 'ਚ ਕੌਮ ਦੇ ਵਿੱਚ ਬੜੀਆਂ ਘਾਟਾਂ ਨੇ
ਭਾਈ ਕਵੀ ਸੰਤੋਖ ਸਿੰਘ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਉਹਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਅਤੇ ਢੱਡਰੀ ਵਾਲੇ ਦਾ ਇੱਕ ਬਿਆਨ ਆਇਆ ਕਿ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਮਾਈ ਭਾਗੋ ਨੂੰ ਨਗਨ ਅਵਸਥਾ ਦੇ ਵਿੱਚ ਦਿਖਾਇਆ ਗਿਆ, ਗੁਰੂ ਗੋਬਿੰਦ ਸਿੰਘ ਨਾਲ ਨਗਨ ਅਵਸਥਾ 'ਚ ਰਹਿੰਦੀ ਸੀ। ਇੱਕ ਗੱਲ, ਇਹ ਬੜੀ ਲੰਮੀ ਚੌੜੀ ਵਿਚਾਰ ਦਾ ਵਿਸ਼ਾ ਹੈ ਕਿ ਇਹ ਕੀ ਮਸਲਾ ਹੈ, ਪਰ ਇੰਨਾ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ ਕਿ ਸਿੱਖ ਕੌਮ ਨੇ ਇਤਿਹਾਸ ਬਹੁਤ ਸੋਹਣਾ ਘੜਿਆ, ਲਹੂ ਨਾਲ ਸਾਡਾ ਸਿਰਜਿਆ ਹੋਇਆ ਇਤਿਹਾਸ ਆ, ਪਰ ਲਿਖਣ 'ਚ ਅਸੀਂ ਮਾਰ ਖਾ ਗਏ ਕਿਉਂਕਿ ਸਾਡਾ ਇਤਿਹਾਸ ਲਿਖਣ ਵਾਲੇ ਕੋਈ ਹੋਰ ਬੰਦੇ ਸੀ ਜਿਨ੍ਹਾਂ ਨੇ ਬੜੀਆਂ ਗੜਬੜਾਂ ਕੀਤੀਆਂ ਸਾਡੇ ਇਤਿਹਾਸ ਦੇ ਵਿੱਚ, ਸਾਡੇ ਸਾਹਿਤ ਦੇ ਵਿੱਚ, ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ। ਤੁਹਾਨੂੰ ਨਵੀਂ ਉਦਾਹਰਨ ਦੱਸਦਾ ਛੋਟੇ ਵੀਰ, 2006 ਦੇ ਵਿੱਚ ਕਿਤਾਬ ਪਬਲਿਸ਼ ਹੁੰਦੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਹਿਸਟਰੀ ਇਨ ਹਿੰਦੀ, ਉਹ 'ਚ ਲਿਖਿਆ ਜਾਂਦਾ ਗੁਰੂ ਅਰਜਨ ਦੇਵ ਖੁਦਕੁਸ਼ੀ ਕਰ ਗਿਆ, ਉਦੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਕਮਲਾ ਹੋ ਗਿਆ, ਗੁਰੂ ਗੋਬਿੰਦ ਸਿੰਘ ਭਗੌੜਾ ਹੋ ਗਿਆ, ਆਪਣੇ ਬੱਚਿਆਂ ਨੂੰ ਛੱਡ ਕੇ ਭੱਜ ਗਿਆ, ਇਹੋ ਜਿਹੀਆਂ ਅਨੇਕਾਂ ਹੀ ਗੱਲਾਂ 'ਚ ਲਿਖੀਆਂ ਹੋਈਆਂ। ਜਦੋਂ ਅੱਜ ਤੋਂ 100 ਸਾਲ ਬਾਅਦ ਇਹ ਜਾ ਕੇ ਇਹ ਕਿਤਾਬ ਪੜ੍ਹੀ ਜਾਊਗੀ ਸਿੱਖ ਹਿਸਟਰੀ ਹਿੰਦੀ, ਉਦੋਂ ਫਿਰ ਆਪਣੀ ਕੌਮ ਦੋ ਰਾਹਾਂ 'ਤੇ ਖੜੀ ਹੋਊਗੀ। ਅੱਧੇ ਕਹਿਣਗੇ ਗੁਰੂ ਗੋਬਿੰਦ ਸਿੰਘ ਕਿਹੜਾ ਬੰਦਾ ਸੀ, ਉਹ ਤਾਂ ਭਗੌੜਾ ਸੀ, ਗੁਰੂ ਹਰਗੋਬਿੰਦ ਤਾਂ ਕਮਲਾ ਹੋ ਗਿਆ ਸੀ, ਗੁਰੂ ਅਰਜਨ ਦੇਵ ਨੇ ਤਾਂ ਖੁਦਕੁਸ਼ੀ ਕੀਤੀ ਹੈ। ਫਿਰ ਇਸ ਗੱਲ ਨੂੰ ਕੌਣ ਸਪਸ਼ਟ ਕਰੂਗਾ, ਉਹਨੂੰ ਵੀ ਇਤਿਹਾਸ ਹੀ ਮੰਨਿਆ ਜਾਊਗਾ। ਇਹ ਕਿਤਾਬਾਂ 12ਵੀਂ ਦੀ ਇਤਿਹਾਸਿਕ ਕਿਤਾਬ ਚੱਕ ਕੇ ਦੇਖੋ ਕਿੱਡੀ ਵੱਡੀ ਗੜਬੜ ਕੀਤੀ ਪਈ ਹੈ। ਇਹ ਲਗਾਤਾਰ ਜਿਹੜੀਆਂ ਚਾਲਾਂ ਨੇ, RSS ਦੀਆਂ ਚਾਲਾਂ ਨੇ, ਸ਼੍ਰੋਮਣੀ ਕਮੇਟੀ ਦੇ ਕਬਜ਼ਾ ਉਹਨਾਂ ਦਾ, ਉਹਨਾਂ ਰਾਹੀਂ ਸਾਡਾ ਸਾਰਾ ਕੁਛ ਮਲੀਆ ਮੇਟ ਕੀਤਾ ਜਾ ਰਿਹਾ, ਸਾਡਾ ਸਾਹਿਤ, ਸਾਡਾ ਇਤਿਹਾਸ, ਸਾਡੇ ਧਾਰਮਿਕ ਗ੍ਰੰਥ। ਹੁਣ ਇੱਕ ਹੋਰ ਗੱਲ ਸੁਣ ਲਾ, ਨਵੀਂ ਗੱਲ ਕੀ ਚੱਲ ਰਹੀ ਹੈ, ਇਹ ਪ੍ਰਚਲਿਤ ਹੋ ਰਿਹਾ ਕਿ ਜਿਹੜੀਆਂ ਸਾਡੀਆਂ ਬੀੜਾਂ ਨੇ, ਸਾਡੇ ਗ੍ਰੰਥ ਨੇ ਪੁਰਾਣੇ, ਉਹਨਾਂ ਨੂੰ ਜਾਂ ਤਾਂ ਤੁਸੀਂ ਉਹਨਾਂ ਦਾ ਸੰਸਕਾਰ ਕਰ ਦਿਓ, ਉਹਨਾਂ ਨੂੰ ਅਗਨੀ ਭੇਟ ਕਰ ਦਿਓ, ਜਾਂ ਉਹਨਾਂ ਨੂੰ ਤੁਸੀਂ ਪਾਣੀ ਦੇ ਵਿੱਚ ਸੰਸਕਾਰ ਕਰ ਦਿਓ, ਪਾਣੀ 'ਚ ਤੈਰ ਦਿਓ, ਤੇਰ ਦਿਓ, ਹੈ ਨਾ। ਇਹ ਕੀ ਹੈ, ਜਦੋਂ ਪੁਰਾਣੇ ਸਾਡੇ ਜਿਹੜੇ ਗ੍ਰੰਥ ਨੇ, ਜੇ ਉਹਨਾਂ ਨੂੰ ਤੁਸੀਂ ਕਿਸੇ ਵੇਲੇ ਲਾ ਦਿਓਗੇ, ਕਿਸੇ ਤਰੀਕੇ ਨਾਲ ਉਹਨਾਂ ਨੂੰ ਤੁਸੀਂ ਖਤਮ ਕਰ ਦਿਓਗੇ, ਤਾਂ ਉਦੋਂ ਬਾਅਦ ਨਵੇਂ ਗ੍ਰੰਥਾਂ ਦੇ ਵਿੱਚ ਕੀ ਕੁਛ ਛੱਪ ਕੇ ਆਉਣਾ, ਇਹ ਵੀ ਸਾਨੂੰ ਪਤਾ ਨਹੀਂ ਲੱਗਣਾ। ਇਸ ਤਰੀਕੇ ਨਾਲ ਆਪਣੀਆਂ ਜੜ੍ਹਾਂ ਵੱਢੀਆਂ ਜਾ ਰਹੀਆਂ ਨੇ ਭਰਾ ਮੇਰਿਆ, ਕੌਮਾਂ ਦੁਨੀਆਂ ਦੀਆਂ ਦੇਖ ਲਓ, ਜਿਨ੍ਹਾਂ ਨੇ ਸੰਘਰਸ਼ ਕੀਤਾ ਆਪਣੀ ਹੋਂਦ ਲਈ, ਆਪਣੀ ਬੋਲੀਆਂ, ਆਪਣੇ ਵਿਰਸੇ, ਆਪਣੇ ਧਰਮਾਂ ਲਈ, ਆਪਣੀ ਕੌਮ ਲਈ, ਉਹ ਕੌਮਾਂ ਇੱਕ ਰਹੀਆਂ ਨੇ। ਸਾਡੇ 'ਚ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਕਿ ਅਸੀਂ ਆਪਣੇ ਆਪਣੇ ਦੀਆਂ ਜੜ੍ਹਾਂ ਵੱਢਦੇ ਹਾਂ, ਆਪਣੇ ਆਪਣੇ ਦੂਜਿਆਂ ਇੱਕ ਦੂਜਿਆਂ ਦੇ ਖਿਲਾਫ ਹੁੰਦੇ ਹਾਂ, ਬਿਨਾਂ ਸੋਚੇ ਸਮਝੇ ਅਸੀਂ ਇੱਕ ਦੂਜੇ ਦੇ ਖਿਲਾਫ ਉਹ ਖੜੇ ਹੁੰਦੇ ਹਾਂ। ਠੀਕ ਆ, ਠੀਕ ਬਾਈ। ਇਹ ਜੇ ਤੈਨੂੰ ਤਸੱਲੀ ਹੈ, ਜਿਹੜਾ ਤੈਨੂੰ ਜੇ ਤਾਂ ਤੈਨੂੰ ਦੇਖ, ਜੇ ਤਾਂ ਤੂੰ ਅੰਨਾ ਭਗਤ ਆ, ਫਿਰ ਤਾਂ ਤੈਨੂੰ ਤਸੱਲੀ ਹੋਣੀ ਨਹੀਂ, ਫਿਰ ਤਾਂ ਤੈਨੂੰ ਉਹੀ ਗੱਲਾਂ ਸਹੀ ਲੱਗਣੀਆਂ। ਮੇਰੇ ਮਗਰ ਨਾ ਲੱਗ ਕੇ ਕਹਿ, ਜੇ ਮੈਂ ਗਲਤ ਤਾਂ ਮੈਨੂੰ ਦੱਸ ਦੇ, ਜੇ ਮੈਂ ਤੈਨੂੰ ਲੱਗਦਾ ਕਿਤੇ ਗਲਤ ਹਾਂ, ਮੈਂ ਕਿਤੇ ਗਲਤ ਟਿੱਪਣੀ ਕੀਤੀ ਆ ਜਾਂ ਮੈਂ ਕੋਈ ਗਲਤ ਗੱਲ ਬੋਲਿਆ, ਮੈਂ ਤਾਂ ਯਾਰ ਆਪਦੀ ਜਾਨ ਤਲੀ ਦੇ ਧਰ ਕੇ ਚੱਲਿਆ ਹੋਇਆ। ਪਰ ਮੇਰੀ ਗੱਲ ਸੁਣ ਲਾ, ਇੱਕ ਹੋਰ ਜਿਹੜੇ ਬੰਦੇ ਕਹਿੰਦੇ ਆ ਨਾ, ਹੁਣ ਤੂੰ ਵੀ ਕਹੇਗਾ ਬਾਈ ਉੱਥੇ ਨਹੀਂ ਬੋਲਿਆ, ਤੂੰ ਇੱਥੇ ਬਾਦਲਾਂ ਖਿਲਾਫ ਨਹੀਂ ਬੋਲਿਆ, ਸੁਣ ਲਾ। ਪੁਲਵਾਮਾ ਹਮਲੇ 'ਤੇ ਬੋਲਣ ਵਾਲਾ ਸਭ ਤੋਂ ਪੰਜਾਬ 'ਚ ਪਹਿਲਾ ਬੰਦਾ ਮੈਂ ਹੀ, ਤਾਂ ਪੁਲਵਾਮਾ ਹਮਲਾ ਹੋਇਆ ਮੈਂ ਮੋਦੀ ਨੇ ਕਰਾਇਆ, ਇਹਨਾਂ ਨੇ ਬੰਬ ਸਿੱਟੇ ਜਾ ਕੇ ਪਾਕਿਸਤਾਨ ਦੇ ਵਿੱਚ, ਮੈਂ ਕਿਹਾ ਕੋਈ ਬੰਬ ਨਹੀਂ ਸਿੱਟੇ, ਮੀਡੀਆ ਝੂਠ ਬੋਲ ਰਿਹਾ, ਉੱਥੇ ਕੋਈ ਬੰਦਾ ਨਹੀਂ ਲੱਗਾ। ਫਿਰ ਕਸ਼ਮੀਰੀ ਤਾੜੇ, 125 ਕਰੋੜ ਕਸ਼ਮੀਰੀ ਤਾੜੇ ਨੂੰ ਅੱਜ 46ਵਾਂ ਦਿਨ ਹੋ ਗਿਆ, ਉਹ ਵੀ ਮੈਂ ਬੋਲਿਆ ਸੀ, ਮੈਂ ਕਿਹਾ 125 ਕਰੋੜ ਕਸ਼ਮੀਰੀ ਤਾੜਿਆ ਹੋਇਆ, ਉਹ 'ਚ ਬਿਰਧ ਬਜ਼ੁਰਗ ਬੱਚੇ, ਸਭ ਤੋਂ ਵੱਡੀ ਜੇਲ੍ਹ ਆ ਦੁਨੀਆਂ ਦੀ ਅੱਜ ਕਸ਼ਮੀਰ, ਮੈਂ ਉੱਥੇ ਵੀ ਬੋਲਿਆ, ਉਦੋਂ ਮੁਜ਼ਾਹਰੇ ਕਰਦੇ ਆ। ਮੈਨੂੰ ਇਹ ਵੀ ਪਤਾ ਕਿ ਮੇਰਾ ਪੰਗਾ ਸੈਂਟਰ ਨਾਲ ਆ, ਮੇਰਾ ਪੰਗਾ BJP ਨਾਲ ਆ, ਮੇਰਾ ਪੰਗਾ RSS ਨਾਲ ਹੈ, UAPA ਕਾਨੂੰਨ ਦੇ ਵਿੱਚ ਇੰਨੀਆਂ ਵਾਧੇ ਕਰਤੇ, ਕੱਲ੍ਹ ਨੂੰ ਮੇਰੇ ਦੇ ਵੀ ਦੇਸ਼ ਧਰੋਹ ਦਾ ਮੁਕੱਦਮਾ ਕਰਕੇ ਗਲਾਂਦਰ ਕਰ ਸਕਦਾ, ਪਰ ਮੈਂ ਕਦੇ ਪਿੱਛੇ ਨਹੀਂ ਹਟਣ ਵਾਲਾ। ਮੈਨੂੰ ਜਿੱਥੇ ਪਤਾ ਕਿ ਮੇਰੇ, ਮੈਂ ਜਿੱਥੇ ਬੋਲ ਕੇ ਕੋਈ ਗੱਲਬਾਤ ਵਾਲੇ ਲੋਕਾਂ ਨੂੰ ਦੱਸਣੀ ਆ, ਨਵੇਂ ਯੂਥ ਨੂੰ, ਨਵੀਂ ਪੀੜ੍ਹੀ ਨੂੰ ਮੈਂ ਗੱਲਾਂ ਦੱਸਣੀਆਂ ਨੇ ਸਾਡੀ ਕੌਮ ਬਾਰੇ, ਸਾਡੀਆਂ ਬੋਲੀਆਂ ਵਿਰਸਿਆਂ ਬਾਰੇ, ਮੈਂ ਕਦੇ ਪਿੱਛੇ ਨਹੀਂ ਹਟਿਆ, ਨਾ ਮੈਂ ਕਦੇ ਕਿਸੇ ਗੱਲ 'ਤੇ ਸਮਝੌਤਾ ਕੀਤਾ। ਕਿਹਾ ਬਾਈ ਅਸੀਂ ਉਹਦੇ ਫੈਨ ਹੈ, ਇਹਦੇ ਫੈਨ ਹੈ, ਮੈਂ ਕਹਿੰਦਾ ਕਿਸੇ ਦੇ, ਮੈਂ ਨਹੀਂ ਕਹਿੰਦਾ ਕਿਸੇ ਨੂੰ ਵੀ ਲੱਖੇ ਹਸਦਾਣਾ ਦਾ ਕੋਈ ਫੈਨ ਬਣਾ, ਮੈਨੂੰ ਮੈਂ ਨਹੀਂ ਕਹਿੰਦਾ, ਲੱਖਾ ਹਸਦਾਣਾ ਜਿੱਥੇ ਚੰਗੀ ਗੱਲ ਕਰਦਾ, ਸਹੀ ਗੱਲ ਕਰਦਾ ਉਹਨੂੰ ਸਹੀ ਕਹੋ, ਜਿੱਥੇ ਲੱਖਾ ਗਲਤ ਉਹਨੂੰ ਗਲਤ ਕਹੋ। ਲੱਖਾ ਕੌਣ ਆ, ਲੱਖਾ ਕੋਈ ਬਹੁਤ ਵੱਡਾ ਇਨਸਾਨ ਆ ਜਾਂ ਲੱਖਾ ਬਹੁਤ ਵੱਡਾ ਵਿਦਵਾਨ ਆ, ਲੱਖਾ ਕੀ ਆ, ਕੁਛ ਵੀ ਨਹੀਂ। ਮੈਨੂੰ ਜਿੰਨੀ ਕੁ ਸੋਝੀ ਹੈ, ਜਿੰਨੀ ਕੁ ਸਮਝ ਆ, ਮੈਂ ਉਹਦੇ ਹਿਸਾਬ ਨਾਲ ਚੱਲਿਆ ਹੋਇਆ, ਇਸੇ ਕਰਕੇ ਮੈਂ ਗਰਾਊਂਡ 'ਚ ਕੰਮ ਕਰਦਾ, ਹੈ ਨਾ। ਬਾਅਦ ਹੁਣ ਫੇਸਬੁੱਕਾਂ 'ਤੇ ਬਹੁਤ ਕੁਛ ਛੱਡ ਦਿੰਦੇ ਨੇ, ਚਾਰਕ ਮੇਰੇ ਪੱਖ 'ਚ ਹੁੰਦੇ, ਚਾਰਕ ਦੂਜੇ ਦੇ ਪੱਖ 'ਚ ਹੁੰਦੇ, ਇਹ ਗੱਲਾਂ ਨਹੀਂ ਚੰਗੀਆਂ। ਹੁਣ ਤੁਹਾਨੂੰ ਮੈਂ ਨਵੀਂ ਗੱਲ ਦੱਸਦਾ, ਇਹਨਾਂ ਲੋਕਾਂ ਦੀ ਸੁਣ ਲਾ ਲਿਆ, ਉਹ ਵਿਚਾਰੀ ਨਵਜੋਤ ਕੌਰ ਲੰਬੀ ਆ ਕੁੜੀ, ਉਹਨੇ ਵਿਚਾਰੀ ਨੇ, ਉਹਦੀ ਕਿਸੇ ਨੇ ਪਤਾ ਨਹੀਂ ਜਾਲੀ ਜੁਲੀ ਪੇਜ ਦੇ ਉੱਤੇ ਉਹਦੇ ਮੇਰੇ ਖਿਲਾਫ਼ ਪਾਤਾ ਵੀ ਲੱਖਾਂ ਦੀ ਬਲਾਤਕਾਰੀ ਹੈ, ਇਹਦੇ 3 ਬਲਾਤਕਾਰ ਦੇ ਕੇ ਚੱਲਦੇ, ਲੁੱਟਾਂ ਖੁਆਂ ਕਰਦਾ ਰਹੇ। ਮੈਨੂੰ ਕੋਈ ਫਰਕ ਨਹੀਂ ਪੈਂਦਾ ਵੀਰ, ਦੁਨੀਆਂ ਬੜਾ ਕੁਛ ਕਹਿੰਦੀ ਆ, ਹੈ ਨਾ। ਮੈਂ ਕਹਿੰਦਾ ਜੇ ਮੈਂ ਕੁਛ ਕੀਤਾ ਤਾਂ ਮੈਂ ਉਹ ਮੰਨਿਆ ਸਾਫ਼ ਵੀ ਆਹ ਕੁਛ ਕੀਤਾ, ਜੇ ਮੇਰੇ ਖਿਲਾਫ਼ ਕੋਈ ਹੈ ਸਬੂਤ ਲਿਆ ਕੇ ਰੱਖ ਦਿਓ, ਕਹਿਣਾ ਤਾਂ ਬੜਾ ਸੌਖਾ। ਹੁਣ ਉਹਨੂੰ ਪਤਾ ਕੀ ਹੋਇਆ ਵਿਚਾਰੀ ਨੇ, ਉਹਨੇ ਮੈਨੂੰ ਫੋਨ ਕੀਤਾ, ਉਹ ਕਹਿੰਦੀ ਬਾਈ ਆਹ ਗੱਲ ਮੈਂ ਨਹੀਂ ਪਾਈ। ਮੈਂ ਉਹ ਭਾਈ ਮੈਨੂੰ ਪਤਾ ਹੈ ਕਿ ਇਹ ਕਿਸੇ ਨੇ ਤੇਰੇ ਜਾਲੀ ਪੇਜ 'ਤੇ ਪਾ ਦੀ, ਤੂੰ ਥੱਲੇ ਲੋਕ ਪਤਾ ਗਾਲਾਂ ਕਿਹੋ ਜਿਹੀਆਂ ਕੱਢ ਰਹੇ ਆ ਨਵਜੋਤ ਕੌਰ ਲੰਬੀ ਨੂੰ,
ਉਹ ਕਮਾਲ ਆ ਯਾਰ, ਉਹ ਉੱਕੂ ਵੀ ਕਿਸੇ ਦੀ ਕੁੜੀ ਹੈ, ਕਿਸੇ ਦੀ ਭੈਣ ਹੈ, ਕਿਸੇ ਦੀ ਧੀ ਹੈ ਯਾਰ, ਤੁਹਾਡੀਆਂ ਧੀਆਂ ਭੈਣਾਂ ਵਰਗੀ ਆ, ਤੁਸੀਂ ਇੰਨੀ, ਮੈਂ ਕਹਿੰਦਾ ਮੈਂ ਦੱਸ ਨਹੀਂ ਸਕਦਾ ਇੱਡੀ ਘਟੀਆ ਤੇ ਮਾੜੀ ਸ਼ਬਦਾਵਲੀ ਵਰਤੀ ਹੈ ਉਸ ਕੁੜੀ ਦੇ ਪ੍ਰਤੀ ਉਹਨਾਂ ਲੋਕਾਂ ਨੇ, ਇਹ ਲੋਕਾਂ ਦੇ ਸਾਡੇ ਕਿਰਦਾਰ ਤੇ ਹੈ ਫੇਸਬੁੱਕਾਂ ਵਾਲੀ ਆ, ਇਹ ਗਾਲਾਂ ਗੂਲਾਂ ਕੱਢਣੀਆਂ ਇਹ ਫੇਸਬੁੱਕਾਂ ਦੀ ਕੱਢਣ ਜਾਣਦੇ ਆ। ਹੋਰ ਦੱਸ ਵੀਰ, ਹੋਰ ਦੱਸ ਕੁਝ, ਜੇ ਨਹੀਂ ਤੇਰੀ ਕਿਸੇ ਪ੍ਰਕਾਰ ਦੀ ਕੋਈ ਤਸੱਲੀ ਹੋਈ ਤਾਂ ਮੈਨੂੰ ਹੋਰ ਦੱਸ ਕੀ ਕੀ ਪੁੱਛਣਾ ਚਾਹੁੰਦਾ, ਕੀ ਦੱਸਣਾ? ਨਹੀਂ ਬਸ ਠੀਕ ਆ, ਧੰਨਵਾਦ ਜੀ। ਨਹੀਂ ਹੁਣ ਕੱਲੇ ਇਹ ਕਮੀ ਆ, ਸੁਣ 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 ਸੁਣ, ਮੈਂ ਅਖੀਰ ਤੇ ਗੱਲ ਦੱਸਣਾ, ਇਹ ਕਮੀ ਆ। ਹੁਣ ਤੂੰ ਮੇਰੀਆਂ ਗੱਲਾਂ ਸੁਣ ਕੇ ਸਰ ਸਫਾਈ ਹੋ ਗਿਆ, ਇਹ ਕਦੇ ਨਾ ਹੋ। ਜੇ ਤੂੰ ਦਿਮਾਗ ਲਾ ਆਪਣਾ, ਤੂੰ ਅੱਧਾ ਘੰਟਾ ਘੰਟਾ ਸੋਚ, ਜਿਹੜੀਆਂ ਗੱਲਾਂ ਮੈਂ ਬੋਲਿਆ, ਜਿਹੜਾ ਗੱਲਾਂ ਕੋਈ ਹੋਰ ਬੋਲਿਆ, ਕੋਈ ਸਹੀ ਹੈ ਗਲਤ ਆ, ਉਹੀ ਆ ਗਈ ਨਾ ਫਿਰ ਉਹਨੇ ਭਗਤ ਵਾਲੀ ਗੱਲ। ਹੁਣ ਤੈਨੂੰ ਮੈਂ 10 ਮਿੰਟ ਕਲਾਸ ਲਾ ਦੀ, ਤੂੰ ਕਹਿੰਦਾ ਬਾਈ ਠੀਕ ਆ, ਤੂੰ ਠੀਕ ਹੈ, ਇਹੀ ਤਾਂ ਸਾਡੇ 'ਚ ਕਮੀ ਹੈ। ਅੱਖਾਂ ਵਿੱਚ ਕਹਿੰਦੇ ਹੋ ਗਏ ਅਸੀਂ ਮਗਰ ਲੱਗਦੇ ਹਾਂ, ਤੰਗ ਤਾਂ ਅਸੀਂ ਘਾਟੇ ਖਾਧੇ ਆ ਪਹਿਲਾਂ ਵੀ ਤੇ ਅੱਜ ਵੀ। ਸੋ ਦੋਸਤੋ, ਇਹ ਤਾਂ ਸੀ ਲੱਖਾ ਸਿਧਾਣਾ, ਜਿਸ ਦੀ ਕਿ ਸਿੱਧੂ ਮੂਸੇਵਾਲੇ ਦੇ ਇੱਕ ਫੈਨ ਦੇ ਨਾਲ ਹੋਈ ਕਾਲ ਰਿਕਾਰਡਿੰਗ ਕਾਫੀ ਜ਼ਿਆਦਾ ਲੋਕਾਂ ਵੱਲੋਂ ਵਾਇਰਲ ਕੀਤੀ ਜਾ ਰਹੀ ਹੈ। ਬਾਕੀ ਤੁਸੀਂ ਲੱਖਾ ਸਿਧਾਣਾ ਦੀਆਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ, ਕਮੈਂਟ ਕਰਕੇ ਜ਼ਰੂਰ ਦੱਸਣਾ। ਇਸ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਜਲਦ ਕਿਸੇ ਹੋਰ ਨਵੇਂ ਅਪਡੇਟ ਦੇ ਨਾਲ। ਉਨੇ ਸਮੇਂ ਤੱਕ ਲਈ ਦੇਖਦੇ ਰਹੋ ਲਿਮਿਟਡ ਗਿਆਨ, ਅਤੇ ਆਪਣੇ ਹੋਸਟ ਅਤੇ ਦੋਸਤ ਕੁਲਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ।